ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਮੈਂ ਮਨਪ੍ਰੀਤ ਰੰਦਾਵਾ ਭਾਰਤ ਇਹਨਾਂ ਦਿਨਾਂ ਦੇ ਵਿੱਚ ਆਪਣਾ 78ਵਾਂ ਆਜ਼ਾਦੀ ਦਾ ਦਿਵਸ ਮਨਾਉਣ ਜਾ ਰਿਹਾ 77 ਬਰੇ ਹੋ ਗਿਆ ਸਾਨੂੰ ਆਜ਼ਾਦ ਹੋਏ ਔਰ ਮੈਨੂੰ ਲੱਗਦਾ ਕਿਸੇ ਵੀ ਆਜ਼ਾਦ ਮੁਲਕ ਦੇ ਵਿੱਚ ਦੋ ਤਿੰਨ ਗੱਲਾਂ ਬਹੁਤ ਅਹਿਮ ਹੁੰਦੀ ਹੈ ਜਿਸ ਕਰਕੇ ਕਿਸੇ ਵੀ ਪਛੰਦੇ ਨੂੰ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਸਿਟੀਜ਼ਨ ਨੂੰ ਲੱਗਦਾ ਕਿ ਵਾਕਿਆ ਉਹਦਾ ਮੁਲਕ ਉਹਦਾ ਧਿਆਨ ਰੱਖਦਾ ਤੇ ਉਹਨਾਂ ਨੂੰ ਵੀ ਉਸ ਮੁਲਕ ਦੇ ਨਾਲ ਉਨਾ ਹੀ ਪਿਆਰ ਹੁੰਦਾ ਦੋ ਤਿੰਨ ਗੱਲਾਂ ਕੇਵਲ ਇਹੀ ਹੈ ਕਿ ਸਭ ਨੂੰ ਬਰਾਬਰ ਦੇ ਹੱਕ ਮਿਲ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ ਤੇ ਜੇ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋ ਵੀ ਜਾਵੇ ਜਾਂ ਅਣਹੋਣੀ ਹੋ ਜੇ ਤੇ ਉਸ ਨੂੰ ਇਨਸਾਫ ਮਿਲੇ ਉਹ ਮੁਲਕ ਉਸ ਨੂੰ ਇਨਸਾਫ ਕਰਕੇ ਦਿਖਾਵੇ ਪਰ ਕੀ ਅਸੀਂ ਇਹਨਾਂ 77 ਸਾਲਾਂ ਦੇ ਵਿੱਚ ਇਹ ਸਾਰਾ ਕੁਝ ਅਚੀਵ ਕਰ ਲਿਆ ਜਾਂ ਪ੍ਰਾਪਤ ਕਰ ਲਿਆ ਤੇ ਮੈਨੂੰ ਲੱਗਦਾ ਜਿਆਦਾਤਰ ਜਿਹੜੇ ਲੋਕ ਮੈਨੂੰ ਇਸ ਟਾਈਮ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦੀ ਗੱਲ ਨਾ ਪੱਕੀ ਹੋਣੀ ਆ ਕਿਉਂਕਿ ਹਜੇ ਵੀ ਭਾਰਤ ਦੇ ਵਿੱਚ ਲੋਕਾਂ ਨੂੰ ਇਨਸਾਫ ਬਹੁਤ ਦੂਰ ਦੂਰ ਤੱਕ ਨਹੀਂ ਮਿਲਦਾ ਤੇ ਜੇ ਕਿਸੇ ਨੂੰ ਕੋਈ ਇਨਸਾਫ ਮਿਲ ਵੀ ਜਾਵੇ ਤਾਂ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਜਾਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਦੇ ਪੋਲੀਟੀਕਲ ਇੰਟਰਸਟ ਉਹਨਾਂ ਦੇ ਆਪਣੇ ਸਿਆਸੀ ਇੰਨੇ ਕੁ ਜਿਆਦਾ ਇੰਟਰਸਟ ਹੁੰਦੇ ਨੇ ਜਾਂ ਆਪਣੇ ਉਹਨਾਂ ਦੇ ਵੈਸਟਡ ਇੰਟਰਸਟ ਬਹੁਤ ਹੁੰਦੇ ਨੇ ਕਿ ਉਹ ਅਕਸਰ ਇਹਨਾਂ ਗੱਲਾਂ ਨੂੰ ਗੋਲਦੀਆਂ ਨਹੀਂ ਜਾਂ ਉਹਨਾਂ ਤੇ ਗੌਰ ਨਹੀਂ ਕਰਦੀਆਂ ਕਿ ਜਿਹੜੇ ਵਿਅਕਤੀਆਂ ਨੇ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾਲ ਧੋਖਾ ਕੀਤਾ ਹੁੰਦਾ ਕਿਸੇ ਦੇ ਨਾਲ ਧੱਕਾ ਕੀਤਾ ਹੁੰਦਾ ਔਰ ਇੱਕ ਇਹੋ ਜੀ ਪੋਜੀਸ਼ਨ ਤੇ ਬੈਠੇ ਹੁੰਦੇ ਆ ਤੇ ਜੇ ਉਹਨਾਂ ਨੂੰ ਅਦਾਲਤਾਂ ਸਜ਼ਾ ਦੇ ਵੀ ਦੇਣ ਤੇ ਫੇਰ ਉਹ ਕਾਨੂੰਨ ਦਾ ਸਹਾਰ ਲੈ ਕੇ ਜਾਂ ਉਸ ਸਰਕਾਰ ਦਾ ਜਾਂ ਉਸ ਪਾਰਟੀ ਦਾ ਸਹਾਰਾ ਲੈ ਕੇ ਅਕਸਰ ਕਾਨੂੰਨ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਦੇ ਰਹਿੰਦੇ ਨੇ ਮੈਂ ਦਰਅਸਲ ਜ਼ਿਆਦਾ ਹੁਣ ਬੁਝਾਰਤਾ ਤੁਹਾਨੂੰ ਪਾਉਣੀ ਹੈ ਨਹੀਂ ਮੈਂ ਗੱਲ ਕਰ ਰਿਹਾ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਰਸੇ ਡੇਰੇ ਦਾ ਇਹ ਮੁਖੀ ਆ ਬਾਬਾ ਵੀ ਕਹਿ ਦਿੰਦੇ ਆ ਇਹਨੂੰ ਸੱਚਾ ਸੌਦਾ ਇਸ ਡੇਰੇ ਦਾ ਨਾਮ ਸੀ ਤੇ 56 ਸਾਲਾਂ ਦਾ ਬਾਬਾ ਅੱਜਕੱਲ ਰੋहतक ਦੀ ਹਰਿਆਣੇ ਦੀ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ ਕਿਉਂਕਿ ਇਸ ਨੂੰ ਸਜ਼ਾ ਹੋਈ ਹੋਈ ਆ ਬਲਾਤਕਾਰ ਦੇ ਵਿੱਚ ਤੇ ਕਤਲ ਦੇ ਮਾਮਲੇ ਦੇ ਵਿੱਚ ਕਿਉਂਕਿ ਇਸ ਵਿਅਕਤੀ ਨੇ ਜਾਂ ਇਸ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਹੀ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਉਹਨਾਂ ਨੂੰ ਮੰਨਦੇ ਸੀ ਦੋ ਸਾਧਵੀਆਂ ਇਸ ਦੇ ਡੇਰੇ ਸਿਰਸੇ ਡੇਰੇ ਗਈਆਂ ਸੀ ਇਸ ਤੇ ਭਰੋਸਾ ਕਰਕੇ ਨਾ ਕੇਵਲ ਉਹਨਾਂ ਦਾ ਭਰੋਸਾ ਤੋੜਿਆ ਬਲਕਿ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਇਹਨਾਂ ਨੇ ਸਾਰਿਆਂ ਨੂੰ ਪਤਾ ਔਰ ਐਸੇ ਕਰਕੇ ਇਸ ਨੂੰ 20 ਸਾਲਾਂ ਦੀ ਕੈਦ ਹੋਈ ਹੋਈ ਆ ਐਸੇ ਕਰਕੇ ਅਸੀਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰੀ ਕਹਿੰਨੇ ਆ ਕਿਉਂਕਿ ਬਲਾਤਕਾਰ ਦੀ ਇਹ ਸਜ਼ਾ ਕੱਟ ਰਿਆ ਦੂਸਰੇ ਪਾਸੇ ਇੱਕ ਪੱਤਰਕਾਰ ਪੱਤਰਕਾਰ ਦਾ ਵੀ ਕਤਲ ਉਹ ਵੀ ਇਸ ਤੇ ਇਲਜ਼ਾਮ ਆ ਬਲਕਿ ਇਲਜ਼ਾਮ ਕੀਆ ਉਸ ਤੋਂ ਬਾਅਦ ਇਹਨੂੰ ਸਜ਼ਾ ਵੀ ਹੋਈ ਆ ਉਹਦੀ ਵੀ ਇਹ ਸਜ਼ਾ ਕੱਟ ਰਿਆ ਹਾਲਾਂਕਿ ਮਈ ਦੇ ਮਹੀਨੇ ਦੇ ਵਿੱਚ ਇਸਦੀ ਐਕਵਿਟਲ ਜ਼ਰੂਰ ਹੋ ਗਈ ਸੀ ਯਾਨੀ ਕਿ ਇਸ ਨੂੰ ਇੱਕ ਤਰ੍ਹਾਂ ਖਾਰਜ ਕਰ ਦਿੱਤਾ ਗਿਆ ਸੀ ਜਾਂ ਇਸ ਨੂੰ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਬਰੀ ਕਰ ਦਿੱਤਾ ਗਿਆ ਸੀ ਰਣਜੀਤ ਸਿੰਘ ਇਹਨਾਂ ਦੇ ਡੇਰੇ ਦਾ ਮੈਨੇਜਰ ਹੁੰਦਾ ਸੀ ਉਸ ਕਤਲ ਦੇ ਵਿੱਚ ਇਸ ਗੁਰਮੀਤ ਰਾਮ ਰਹੀਮ ਨੂੰ ਵੀ ਤੇ ਚਾਰ ਹੋਰ ਵਿਅਕਤੀ ਸੀ ਉਸ ਨੂੰ ਇਹਨਾਂ ਸਾਰਿਆਂ ਨੂੰ ਉਸ ਕਤਲ ਕੇਸ ਦੇ ਵਿੱਚੋਂ ਜ਼ਰੂਰ ਬਰੀ ਕਰ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਜਾਂ ਜਾਂਚ ਹੋਈ ਹੈ ਤਫਤੀਸ਼ ਹੋਈ ਆ ਉਹ ਬਹੁਤ ਸ਼ਾਰਟੀ ਹੈ ਸਕੈਟੀ ਹੈ ਜਾਨਕੀ ਪੂਰਨ ਰੂਪ ਦੇ ਵਿੱਚ ਨਹੀਂ ਦਿਖਾਉਂਦੀ ਕਿ ਇਸ ਗੁਰਮੀਤ ਰਾਮ ਰਹੀਮ ਜਾਂ ਚਾਰ ਹੋਰ ਜਿਹੜੇ ਇਹਦੇ ਸਾਥੀ ਸੀ ਇਹਨਾਂ ਨੇ ਵਾਕਿਆ ਰਣਜੀਤ ਸਿੰਘ ਦਾ ਕਤਲ ਕੀਤਾ ਖੈਰ ਬਾਕੀ ਮਾਮਲਿਆਂ ਦੇ ਵਿੱਚ ਤਾਂ ਸਜ਼ਾ ਚੱਲ ਰਹੀ ਆ ਪਰ ਅੱਜ ਮੈਂ ਗੁਰਮੀਤ ਰਾਮ ਰਹੀਮ ਸਿੰਘ ਦੀ ਗੱਲ ਕਿਉਂ ਕਰ ਰਿਹਾ ਉਹ ਇਸ ਕਰਕੇ ਕਰ ਰਿਹਾ ਕਿਉਂਕਿ ਇੱਕ ਵਾਰੀ ਫੇਰ ਹਰਿਆਣੇ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਨੇ ਇਸ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇਤੀ ਜਾਂ 3 ਹਫ਼ਤਿਆਂ ਦੀ ਫਰਲੋ ਦੇਤੀ ਤਾਂ ਕਿ ਇਹ ਜੇਲ੍ਹ ਚੋਂ ਬਾਹਰ ਆ ਸਕੇ ਬਾਹਰ ਆ ਕੇ ਇਹ ਉੱਤਰ ਪ੍ਰਦੇਸ਼ ਦੇ ਵਿੱਚ ਬਾਗਪਤ ਇਹਦਾ ਉੱਥੇ ਡੇਰਾ ਤੇ ਉੱਥੇ ਜਾ ਕੇ ਇਹ 3 ਹਫ਼ਤੇ ਕੱਟ ਸਕੇ ਆਰਾਮ ਕਰ ਸਕੇ ਜੇਲ੍ਹ ਤੋਂ ਬਾਹਰ ਆ ਸਕੇ ਜਾਂ ਆਜ਼ਾਦ ਆਬੋ ਹਵਾ ਦੇ ਵਿੱਚ ਸਾਹ ਲੈ ਸਕੇ ਜਿਹਦੇ ਕਿ ਇੱਕ ਮੁਜਰਮ ਨੂੰ ਉੰਨੀ ਇਜਾਜ਼ਤ ਇਹ ਖੁੱਲ ਨਹੀਂ ਹੋਣੀ ਚਾਹੀਦੀ ਪਰ ਸਾਡੇ ਕਾਨੂੰਨ ਕੁਛ ਇਸ ਤਰ੍ਹਾਂ ਦੇ ਨੇ ਲੇਕਿਨ ਮੈਂ ਇਹ ਕਹਿ ਰਿਹਾ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿਉਂਕਿ ਚੋਣਾ ਆ ਗਿਆ ਨੇ ਹਰਿਆਣਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤੇ ਨਾਲ ਹੀ ਇੱਥੇ ਝਾਰਖੰਡ ਦੇ ਵਿੱਚ ਵੀ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾ ਕਰਵਾਈਆਂ ਜਾਣੀਆਂ ਕਿਉਂਕਿ ਸਤੰਬਰ ਤੱਕ ਤਾਂ ਕਰਾਉਣੀ ਹੈ ਸੁਪਰੀਮ ਕੋਰਟ ਨੂੰ ਅੰਡਰਟੇਕਿੰਗ ਦਿੱਤੀ ਹੋਈ ਹੈ ਇਹ ਲਿਖ ਕੇ ਦਿੱਤਾ ਹੋਇਆ ਭਾਰਤ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਕਿ ਉੱਥੇ ਅਸੀਂ ਚੋਣਾ ਕਰਵਾਵਾਂਗੇ ਪਰ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਜੇ ਕੱਲ ਹੀ ਰਜੀਵ ਕੁਮਾਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੇ ਆਪਣੀ ਟੀਮ ਦੇ ਨਾਲ ਉੱਥੇ ਦੌਰਾ ਕੀਤਾ ਦੌਰਾ ਕਰਕੇ ਜਾਇਜ਼ਾ ਲਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਾਲਾਂਕਿ ਇਹ ਇੱਕ ਵੱਖਰੀ ਗੱਲ ਆ ਕਿਸੇ ਦਿਨ ਆਪਾਂ ਇਸ ਉੱਤੇ ਵੀ ਚਰਚਾ ਕਰਾਂਗੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਆਪ ਕੀ ਰਿਹਾ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਧਾਂਦਲੀ ਦੇ ਇਹਨਾਂ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਕਿੰਨੀ-ਕਿੰਨੀ ਦੇਰ ਬਾਅਦ ਟੋਟਲ ਵੋਟਾਂ ਦੀ ਕਾਊਂਟਿੰਗ ਕੀਤੀ ਤੇ ਬਾਅਦ ਦੇ ਵਿੱਚ ਕਿੰਨੀਆਂ ਟੋਟਲ ਵੋਟਾਂ ਪਈਆਂ ਤੇ ਕਿੰਨੀ ਪਰਸੈਂਟੇਜ ਉੱਥੋਂ ਨਿਕਲੀ ਉਹਦੇ ਵਿੱਚ ਫਰਕ ਨਿਕਲਿਆ ਉਹ ਹਜੇ ਇੱਕ ਵੱਖਰਾ ਮਾਮਲਾ ਉਹਦੀ ਜਾਂਚ ਕੌਣ ਕਰੂਗਾ ਜਾਂ ਕਰਵਾਊਗਾ ਇਹਦੇ ਬਾਰੇ ਕਿਸੇ ਦਿਨ ਗੱਲ ਕਰਾਂਗੇ ਪਰ ਇਲੈਕਸ਼ਨ ਕਮਿਸ਼ਨ ਵੀ ਐਸ ਟਾਈਮ ਬਹੁਤ ਸਾਰੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਲੇਕਿਨ ਇਲੈਕਸ਼ਨ ਆ ਗਿਆ ਹੁਣ ਇਲੈਕਸ਼ਨ ਆ ਗਿਆ ਤੇ ਗੁਰਮੀਤ ਰਾਮ ਰਹੀਮ ਸਿੰਘ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਪੰਜਾਬ ਦੇ ਕੋਸ਼ਿਸ਼ਿਆਂ ਦੇ ਵਿੱਚ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਕੁਝ ਇਸ ਤਰ੍ਹਾਂ ਦੇ ਰਾਜ ਨੇ ਪ੍ਰੋਵਿੰਸਿਸ ਨੇ ਜਾਂ ਇਸ ਤਰ੍ਹਾਂ ਦੇ ਸੂਬੇ ਆ ਇੱਥੇ ਇਹਦੀ ਕਾਫੀ ਫਾਲੋਇੰਗ ਮੰਨੀ ਜਾਂਦੀ ਹੈ ਜਿਹੜੇ ਡੇਰਾ ਪ੍ਰੇਮੀ ਆ ਇੱਥੇ ਕਾਫੀ ਜਿਹੜੀ ਤਦਾਦ ਦੇ ਵਿੱਚ ਵਸਦੇ ਆ ਇਹ ਆਪਾਂ ਗੱਲ کہہ ਸਕਦੇ ਆ ਸੋ ਜਦੋਂ ਹੀ ਚੋਣਾ ਆਇਆ ਨਾਲ ਦੀ ਨਾਲ ਹਰਿਆਣੀ ਦੀ ਸਰਕਾਰ ਨੇ ਕੱਢ ਕੇ ਇਹਨਾਂ ਨੂੰ ਬਾਹਰ ਲੈ ਜਾਂਦਾ ਔਰ ਜਦੋਂ ਜਦੋਂ ਵੀ ਚੋਣਾ ਹਰਿਆਣੇ ਦੇ ਵਿੱਚ ਹੁੰਦੀਆਂ ਨੇ ਤੁਸੀਂ ਦੇਖੋ ਇਹਨੂੰ ਹਮੇਸ਼ਾ ਫਰਲੋ ਮਿਲਦੀ ਰਹੀ ਹੈ ਜਾਂ ਪੈਰੋਲ ਮਿਲਦੀ ਰਹੀ ਹੈ ਪੈਰੋਲ ਥੋੜੀ ਵੱਧ ਦਿਨਾਂ ਦੀ ਹੁੰਦੀ ਹੈ ਫਰਲੋ ਥੋੜੀ ਘੱਟ ਦਿਨਾਂ ਦੀ ਹੁੰਦੀ ਹੈ ਇੰਨਾ ਇੱਕ ਕੇਵਲ ਤਕਨੀਕੀ ਫਰਕ ਇਹਦੇ ਵਿੱਚ ਆ ਵੈਸੇ ਜਨਵਰੀ ਦੇ ਮਹੀਨੇ ਦੇ ਵਿੱਚ ਇਸ ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਦੀ ਲਗਭਗ 2 ਮਹੀਨੇ 2 ਮਹੀਨਿਆਂ ਦੀ ਇਸ ਨੂੰ ਉਦੋਂ ਵੀ ਪੈਰੋਲ ਮਿਲੀ ਸੀ ਔਰ ਅਜੇ ਤੱਕ ਘੱਟੋ-ਘੱਟ 8 ਵਾਰੀ ਇਸ ਨੂੰ ਪੈਰੋਲ ਜਾਂ ਫਰਲੋ ਮਿਲ ਚੁੱਕੀ ਆ ਕਈ ਤਾਂ ਲੋਕ ਜਿਹੜੇ ਇਹਦੇ ਆਲੋਚਕ ਨਹੀਂ ਉਹ ਕਹਿੰਦੇ ਬਾਬੇ ਨੂੰ ਬਾਹਰ ਹੀ ਰੱਖ ਲੋ ਇਹਨੂੰ ਜੇਲ੍ਹ ਦੇ ਵਿੱਚ ਰੱਖਣਾ ਕਿਉਂ ਆ ਜੇ ਤੁਹਾਨੂੰ ਉਥੇ ਚੰਗਾ ਨਹੀਂ ਲੱਗਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਇਹਦਾ ਜਨਮ ਦਿਨ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਇਹਨੂੰ ਕੱਢ ਕੇ ਲਿਆਂਦਾ ਸੀ ਲੋਕਾਂ ਨੂੰ ਆਪਣੇ ਬਹੁਤ ਜਿਹੜੇ ਪਿਆਰੇ ਹੁੰਦੇ ਆ ਪਰਿਵਾਰ ਦੇ ਜੀ ਹੁੰਦੇ ਆ ਜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਵਾਰੀ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ ਕਿ ਤੁਸੀਂ ਜਾ ਕੇ ਉਹਨਾਂ ਦੇ ਉਸ ਰਸਮਾਂ ਦੇ ਵਿੱਚ ਜਾ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋ ਸਕੋ ਤੇ ਇਹ ਵਿਅਕਤੀ ਨੂੰ ਤਾਂ ਆਪਣਾ ਜਨਮ ਦਿਨ ਮਨਾਉਣ ਲਈ ਭੇਜ ਦਿੱਤਾ ਗਿਆ ਸੀ ਬਾਗਬਤ ਦੇ ਵਿੱਚ ਬਾਅਦ ਦੇ ਵਿੱਚ ਕਿਦਾਂ ਇਸ ਨੇ ਉੱਥੇ ਤਲਵਾਰ ਦੇ ਨਾਲ ਕੇਕ ਕਟਿਆ ਉਹ ਸਾਰਿਆਂ ਨੇ ਦੇਖਿਆ ਬਾਅਦ ਦੇ ਵਿੱਚ ਉਹ ਵੀਡੀਓ ਵੀ ਸਾਰਿਆਂ ਕੋਲੇ ਗਿਆ ਕਹਿਣ ਦਾ ਭਾਵ ਹੈ ਕਿ ਇਹੋ ਜਿਹੇ ਵਿਅਕਤੀਆਂ ਉੱਤੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਕਿਉਂ ਮਿਹਰਬਾਨ ਹੁੰਦੀਆਂ ਨੇ ਕਿਉਂਕਿ ਇਹਨਾਂ ਕੋਲੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਨੂੰ ਲੱਗਦਾ ਕਿ ਇਹਦੇ ਕੋਲੇ ਅੱਜ ਵੀ ਕੁਝ ਵੋਟਾਂ ਨੇ ਬਹੁਤ ਸਾਰੇ ਇਸ ਦੇ ਜਿਹੜੇ ਫਾਲੋਅਰਸ ਨੇ ਇਹਦੇ ਪ੍ਰੇਮੀ ਨੇ ਇਹਦੇ ਪੈਰੋਕਾਰ ਨੇ ਅੱਜ ਵੀ ਇਹਨੂੰ ਮੰਨਦੇ ਆ ਕਿ ਠੀਕ ਹੈ ਜੀ ਉਹ ਤਾਂ ਇਹ ਵੀ ਕਹਿੰਦੇ ਆ ਕਿ ਬਾਬੇ ਨਾਲ ਸ਼ਾਇਦ ਤੱਕਾ ਹੋ ਗਿਆ ਤੇ ਇਹ ਸਾਰਾ ਕੁਝ ਬਾਬੇ ਦੇ ਨਾਲ ਸਾਜ਼ਿਸ਼ ਹੋ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕਾਂ ਨੇ ਇਹ ਲੜਾਈ ਲੜੀ ਆ ਅੱਜ ਜਦੋਂ ਤੁਸੀਂ ਬਾਰ-ਬਾਰ ਇਸ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢਦੇ ਹੋ ਜਾਂ ਹਰਿਆਣੇ ਦੀ ਭਾਜਪਾ ਸਰਕਾਰ ਨੂੰ ਬਾਹਰ ਕੱਢਦੀ ਹੈ ਇਹਨੂੰ ਸਿਰਫ ਤੇ ਸਿਰਫ ਆਪਣਾ ਚੋਣਾ ਦੇ ਵਿੱਚ ਫਾਇਦਾ ਲੈਣ ਲਈ ਆਪਣਾ ਸਿਆਸੀ ਫਾਇਦਾ ਲੈਣ ਲਈ ਤੇ ਤੁਸੀਂ ਉਹਨਾਂ ਲੋਕਾਂ ਬਾਰੇ ਜ਼ਰੂਰ ਸੋਚੋ ਮੈਂ ਇਹ ਗੱਲ ਤੁਹਾਨੂੰ ਸ਼ੁਰੂਆਤ ਦੌਰ ਦੇ ਵਿੱਚ ਕਹੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਕਿ ਉਹਨਾਂ ਲੋਕਾਂ ਤੇ ਕੀ ਬੀਤਦੀ ਹੋएगी ਜਿਨ੍ਹਾਂ ਨੇ ਐਨੇ ਵੱਡੇ ਵਿਅਕਤੀ ਤੇ ਜਿਹਦੇ ਇੰਨਾ ਅਸਰ ਅਰਸੂਖ ਵਾਲਾ ਵਿਅਕਤੀ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਦੇ ਕੋਲ ਜਾਂਦੀਆਂ ਸੀ ਇਹਦਾ ਪਾਣੀ ਭਰਦੀਆਂ ਸੀ ਤਾਂ ਕਿ ਇਹ ਉਹਨਾਂ ਨੂੰ ਵੋਟਾਂ ਦਿਵਾ ਸਕੇ ਤੇ ਉਸ ਵਿਅਕਤੀ ਦੇ ਖਿਲਾਫ ਉਹ ਦੋ ਕੁੜੀਆਂ ਲੜੀਆਂ ਉਸ ਤੋਂ ਬਾਅਦ ਉਹ ਪੱਤਰਕਾਰ ਲੜਿਆ ਉਸ ਤੋਂ ਬਾਅਦ ਰਣਜੀਤ ਸਿੰਘ ਜਿਹੜਾ ਡੇਰਾ ਸਖੈਰ ਉਹ ਤਾਂ ਵੱਖਰੀ ਗੱਲ ਆ ਉਹਦੇ ਜਿਹੜੇ ਸਾਥੀ ਸੀ ਜਾਂ ਉਹਨਾਂ ਦੇ ਪਰਿਵਾਰ ਦੇ ਜੀ ਸੀ ਉਹ ਲੜੇ ਤੇ ਇਸ ਵਿਅਕਤੀ ਨੂੰ ਤੁਸੀਂ ਬਾਰ-ਬਾਰ ਬਾਹਰ ਕੱਢ ਲਿਆ ਹੁੰਨੇ ਹੋ ਤਾਂ ਕਿ ਇਹ ਆਪਣਾ ਬਾਹਰ ਜਾ ਕੇ ਆਰਾਮ ਦੀ ਜ਼ਿੰਦਗੀ ਜਾਂ ਖੁੱਲੀ ਹਵਾ ਦੇ ਵਿੱਚ ਇਹ ਸਾਹ ਲੈ ਸਕੇ ਮੈਨੂੰ ਕਈ ਵਾਰੀ ਬਿਲਕਿਸ ਬਾਨੋ ਦਾ ਵੀ ਕੇਸ ਯਾਦ ਆ ਜਾਂਦਾ ਤੁਸੀਂ ਯਾਦ ਕਰੋ ਗੁਜਰਾਤ ਦੀ ਉਹ ਬਿਲਕਿਸ ਬਾਨੋ ਜਿਹਦੇ ਹੱਤਿਆ ਜਾਂ ਉਹਦੇ ਪਰਿਵਾਰ ਦੇ ਕਤਲ ਦੇ ਕੇਸ ਦੇ ਵਿੱਚ ਤੇ ਰੇਪ ਦੇ ਕੇਸ ਦੇ ਵਿੱਚ 11 ਇਸ ਤਰ੍ਹਾਂ ਦੇ ਵਿਅਕਤੀ ਨੂੰ ਸਜ਼ਾ ਹੋਈ ਸੀ ਤੇ ਬਾਅਦ ਦੇ ਵਿੱਚ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਸਰਕਾਰ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਲੀਜ਼ ਕਰਤਾ ਸੀ ਤੁਸੀਂ ਯਾਦ ਕਰੋ ਤੇ ਫਿਰ ਸੁਪਰੀਮ ਕੋਰਟ ਨੇ ਡੰਡਾ ਚਲਾਇਆ ਸੀ ਕਿ ਇਹਨਾਂ ਨੂੰ ਬਾਹਰ ਕਿਉਂ ਕੱਢਤਾ ਵਾਰੀ-ਵਾਰੀ ਫੜ ਕੇ ਉਹਨਾਂ ਸਾਰਿਆਂ ਨੂੰ ਅੰਦਰ ਬੰਦ ਕੀਤਾ ਤੇ ਇੱਥੇ ਇੱਕ ਗੁਰਮੀਤ ਰਾਮ ਰਹੀਮ ਸਿੰਘ ਡੇਰੇ ਦਾ ਮੁਖੀ ਆ ਜਿਹੜਾ ਜਿਹੜਾ ਜੇਲ੍ਹ 'ਚ ਬੈਠਾ ਬਲਾਤਕਾਰੀ ਆ ਔਰ ਕਾਤਿਲ ਆ ਬਾਰਤੁਰ ਐਫਰਦਾ ਕਿਉਂਕਿ ਦਰਅਸਲ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਆ ਉਹਨਾਂ ਨੂੰ ਵੀ ਦੀ ਲੋਡ ਬਹੁਤ ਹੈ ਵੈਸੇ ਇਹਦਾ ਦੂਸਰਾ ਪਹਿਲੂ ਵੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਹਿੰਦੇ ਤੁਸੀਂ ਬਾਰ-ਬਾਰ ਇਹ ਮੈਨੂੰ ਯਾਦ ਆ 29 ਫਰਵਰੀ ਦੀ ਗੱਲ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਬਾਰ-ਬਾਰ ਇਸ ਨੂੰ ਪੈਰੋਲ ਜਾਂ ਜਿਹੜੀ ਫਰਲੋਸ ਦੇ ਰਹੇ ਹੋ ਉਹ ਕਿਉਂ ਦੇ ਰਹੇ ਹੋ ਕਿਉਂ ਇਹਨੂੰ ਜੇਲ੍ਹ ਚੋਂ ਬਾਰ-ਬਾਰ ਕੱਢ ਰਹੇ ਹੋ ਤੇ ਉਹਨਾਂ ਨੇ ਹਰਿਆਣੇ ਸਰਕਾਰ ਨੂੰ ਇੱਥੇ ਤੱਕ ਕਿਹਾ ਸੀ ਕਿ ਜੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਫਰਲੋ ਜਾਂ ਪੈਰੋਲ ਤੇ ਕੱਢੋਗੇ ਤੇ ਸਾਡੀ ਪਰਮਿਸ਼ਨ ਤੋਂ ਜਾਂ ਸਾਡੀ ਆਗਿਆ ਤੋਂ ਬਾਅਦ ਤੁਸੀਂ ਇਹਨੂੰ ਬਾਹਰ ਨਹੀਂ ਕੱਢਣਾ ਤੇ ਫਿਰ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਇੱਕ ਅਰਜ਼ੀ ਲਾਈ ਸੀ ਕਿ ਇਹਨੂੰ ਪੈਰੋਲ 'ਤੇ ਨਾ ਦਿੱਤੀ ਜਾਵੇ ਕਿਉਂਕਿ ਇਹ ਬਲਾਤਕਾਰੀ ਹੈ ਇਹ ਕਾਤਲ ਆ ਇਹ ਸਮਾਜ ਲਈ ਕੋਈ ਜ਼ਿਆਦਾ ਵਧੀਆ ਵਿਅਕਤੀ ਨਹੀਂ ਬਲਕਿ ਸਮਾਜ ਲਈ ਖਤਰਾ ਵੀ ਸਾਬਤ ਹੋ ਸਕਦਾ ਉਹਨਾਂ ਨੇ ਤਾਂ ਇੱਥੋਂ ਤੱਕ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਗੱਲ ਕਹਿੰਦੀ ਆ ਕਿ ਜਿਹੜੇ ਬੰਦੀ ਸਿੰਘ ਆ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹ ਅੱਜ ਵੀ ਜੇਲ੍ਹਾਂ 'ਚ ਆ ਉਹਨਾਂ ਨੂੰ ਤਾਂ ਤੁਸੀਂ ਬਾਹਰ ਕੱਢਦੇ ਨਹੀਂ ਤੇ ਇੱਕ ਬਲਾਤਕਾਰੀ ਨੂੰ ਇੱਕ ਕਾਤਲ ਨੂੰ ਹਰ ਰੋਜ਼ ਹੀ ਤੁਸੀਂ ਬਾਹਰ ਕੱਢ ਕੇ ਲੈ ਆਉਨੇ ਹੋ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਦੋਂ ਭਾਰਤ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਦੋਂ 78ਵਾਂ ਆਪਣੀ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਅਰਜ਼ੀ ਖਾਰਜ ਕਰਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿੰਦੇ ਜਿਹੜੀ ਕੰਪੀਟੈਂਟ ਅਥਾਰਟੀ ਆ ਔਰ ਇਸ ਦੇ ਵਿੱਚ ਮੈਂ ਦੱਸਾਂ ਜਿਹੜੀ ਫਰਲੋ ਦਿੱਤੀ ਜਾਂਦੀ ਆ ਉਹ ਡਿਵੀਜ਼ਨਲ ਕਮਿਸ਼ਨਰ ਡਿਪਟੀ ਕਮਿਸ਼ਨਰ ਹੁੰਦਾ ਉਸ ਤੋਂ ਉੱਤੇ ਡਿਵੀਜ਼ਨਲ ਕਮਿਸ਼ਨਰ ਹੁੰਦਾ ਜਿਹਦੇ ਕੋਲ ਕੁਝ ਜ਼ਿਆਦਾ 4-5 ਜ਼ਿਲ੍ਹੇ ਹੁੰਦੇ ਆ ਔਰ ਕੰਪੀਟੈਂਟ ਅਥਾਰਟੀ ਆਰ ਉਸ ਕੰਪੀਟੈਂਟ ਅਥਾਰਟੀ ਕੋਲੇ ਇਹ ਸਾਰੀਆਂ ਪਾਵਰਸ ਨੇ ਸਾਰੀਆਂ ਤਾਕਤਾਂ ਕਿ ਉਹ ਕਦੋਂ-ਕਦੋਂ ਇਸ ਗੁਰਮੀਤ ਰਾਮ ਰਹੀਮ ਨੂੰ ਜਾਂ ਇਹਦੇ ਵਰਗੇ ਵਿਅਕਤੀਆਂ ਨੂੰ ਫਰਲੋ ਜਾਂ ਪੈਰੋਲ ਦੇ ਸਕੇ ਔਰ ਉਹ ਕਿਹਦੇ ਹੁਕਮ ਅਤੇ ਚੱਲਦਾ ਉਹ ਤਾਂ ਹਰਿਆਣਾ ਸਰਕਾਰ ਦੇ ਹੁਕਮ ਅਤੇ ਚੱਲੂਗਾ ਇਹ ਤਾਂ ਹੈ ਨਹੀਂ ਕਿ ਉਹ ਆਪਣੇ ਆਪ ਕੋਈ ਫੈਸਲਾ ਲੈ ਲੂਗਾ ਔਰ ਸਾਰਾ ਕੁਝ ਪ੍ਰੋਵੀਜ਼ਨਸ ਹੈ ਕ ਕਾਨੂੰਨ ਦੇ ਵਿੱਚ ਕਾਨੂੰਨ ਦੇ ਵਿੱਚ ਤਾਂ ਹੋਰ ਬਹੁਤ ਕੁਝ ਆ ਇਸੇ ਚੀਜ਼ ਦਾ ਬਹਾਨਾ ਲਾ ਕੇ ਜਿਹੜੀ ਹਰਿਆਣਾ ਸਰਕਾਰ ਆ ਅੱਠ ਵਾਰੀ ਇਸ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਲਿਆ ਕੇ ਉਹਨੂੰ ਕਦੇ ਪੈਰੋਲ ਤੇ ਫਰਲੋ ਦੇ ਚੁੱਕੀ ਆ ਮੈਨੂੰ ਲੱਗਦਾ ਇਹ ਕੋਈ ਜ਼ਿਆਦਾ ਵਧੀਆ ਮੈਸੇਜ ਪੂਰੀ ਦੁਨੀਆ ਦੇ ਵਿੱਚ ਨਹੀਂ ਜਾਂਦਾ ਔਰ ਤੁਸੀਂ ਇੱਕ ਗੱਲ ਹੋਰ ਦੇਖੋ ਐਸਜੀਪੀਸੀ ਦੀ ਜਿਹੜੀ ਪਟੀਸ਼ਨ ਆ ਉਹ ਹਜੇ ਬੀਤੇ 9 ਅਗਸਤ ਨੂੰ ਰਿਜੈਕਟ ਕੀਤੀ ਆ ਆ ਚਾਰ ਦਿਨ ਹੋਏ ਆ ਐਦਾਂ ਲੱਗਦਾ ਜਿਵੇਂ ਹਰਿਆਣਾ ਸਰਕਾਰ ਉਸ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਫੈਸਲਾ ਖਤਮ ਹੋਵੇ ਔਰ ਕਦੋਂ ਅਸੀਂ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਤੇ ਇਹਨੂੰ ਛੱਡ ਕੇ ਆਈਏ ਬਾਗਪਤ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੇ ਜੇਲ੍ਹ ਦੇ ਵਿੱਚ ਵੀ ਆਪਣੀਆਂ ਮੌਜਾਂ ਤੇ ਉੱਥੇ ਵੀ ਚਲੇ ਜਾਓ ਇਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ ਇਹ ਹਾਲਾਤ ਜਦੋਂ ਬਣ ਜਾਂਦੇ ਨੇ ਤੇ ਫੇਰ ਗੱਲ ਫੇਰ ਉੱਥੇ ਹੀ ਆਉਂਦੀ ਆ ਕਿ ਕੀ 77 ਸਾਲਾਂ ਦੇ ਬਾਅਦ ਜਿਹੜੇ ਲੋਕ ਇਨਸਾਫ ਲਈ ਜਿਹੜੇ ਲੋਕ ਜਸਟਿਸ ਲਈ ਇਨਸਾਫ ਲਈ ਦਰਦਰ ਭਟਕਦੇ ਨੇ ਜਿਨ੍ਹਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਇੰਨੇ-ਇੰਨੇ ਵੱਡਿਆਂ ਬੰਦਿਆਂ ਦੇ ਨਾਲ ਜਿਹੜੇ ਅਸਰ ਰਸੂਖ ਵਾਲੇ ਵਿਅਕਤੀ ਆ ਔਰ ਮੈਂ ਤਾਂ ਕਹੂੰਗਾ ਖਤਰਨਾਕ ਵਿਅਕਤੀ ਆ ਕਿਉਂਕਿ ਜਿਹੜੇ ਕਾਤਿਲ ਨੇ ਬਲਾਤਕਾਰੀ ਨੇ ਉਹਨਾਂ ਦੇ ਨਾਲ ਲੋਹਾ ਲੈਣਾ ਉਹਨਾਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਆ ਪਰ ਲੜੇ ਸਜ਼ਾਵਾਂ ਹੋਈਆਂ ਪਰ ਐਦਾਂ ਲੱਗਦਾ ਕਿ ਇਹਨਾਂ ਸਜ਼ਾਵਾਂ ਨੂੰ ਇਹ ਟਿਚ ਜਾਣਦੇ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਸਰਕਾਰਾਂ ਸਾਡੀ ਜੇਬ 'ਚ ਆ ਸਰਕਾਰਾਂ ਨੂੰ ਸਾਡੀ ਮਦਦ ਦੀ ਲੋੜ ਆ ਸਰਕਾਰਾਂ ਨੂੰ ਸਾਡੀਆਂ ਵੋਟਾਂ ਦੀ ਲੋੜ ਆ ਤੇ ਇਹ ਸਾਡੇ ਸਾਹਮਣੇ ਝੁਕਣੀ ਐ ਇਸੇ ਕਰਕੇ ਇਹਨੂੰ ਬਾਰ-ਬਾਰ ਛੱਡਿਆ ਜਾਂਦਾ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕੀ ਭਗਵੰਤਮਾਨ ਨਸ਼ਾ ਕਾਬੂ ਕਰਨ ਦੇ ਵਿੱਚ ਫੇਲ ਹੋ ਚੁੱਕੇ ਤੁਸੀਂ ਦੇਖੋ 15 ਅਗਸਤ ਸਨ 2023 ਨੂੰ ਪਟਿਆਲੇ ਦੇ ਵਿੱਚ ਸਟੇਟ ਲੈਵਲ ਦਾ ਸੂਬੇ ਪੱਧਰ ਦਾ ਫੰਕਸ਼ਨ ਰੱਖਿਆ ਗਿਆ ਸੀ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ ਮੈਨੂੰ 1 ਸਾਲ ਦੇ ਦਿਓ ਅਗਲੇ ਸਾਲ ਯਾਨੀ ਕਿ 15 ਅਗਸਤ ਤੱਕ ਪੰਜਾਬ ਦੇ ਵਿੱਚੋਂ ਮੈਂ ਨਸ਼ੇ ਖਤਮ ਕਰ ਦੂੰਗਾ ਤੇ ਕੀ ਨਸ਼ੇ ਖਤਮ ਹੋਗੇ ਬਿਲਕੁਲ ਨਹੀਂ ਹੋਏ ਬਲਕਿ ਨਸ਼ੇ ਹੋਰ ਵੱਧ ਰਹੇ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਇਹੀ ਗੱਲ ਆ ਕਿ ਪੰਜਾਬ ਦੇ ਮੁੱਖ ਮੰਤਰੀ ਲੱਗਦਾ ਉਹਨਾਂ ਕੋਲੇ ਇਸ ਟਾਈਮ ਕੋਈ ਪੈਂਥਰ ਨਹੀਂ ਹੈ ਹਾਲਾਂਕਿ ਵੈਸੇ ਇੱਕ ਚੀਜ਼ ਮੈਂ ਇਹਦੇ ਵਿੱਚ ਜ਼ਰੂਰ ਕਹਦਾ ਉਹਨਾਂ ਦਿਨਾਂ ਦੇ ਬਾਅਦ ਉਹਨਾਂ ਦਿਨਾਂ ਦੇ ਦੌਰਾਨ ਹੀ ਬਲਕਿ ਕੁਲਦੀਪ ਸਿੰਘ ਢਾਲੀ ਵਾਲੇ ਇੱਕ ਹੋਰ ਕੈਬਨਿਟ ਮੰਤਰੀ ਨੇ ਇਹਨਾਂ ਦੇ ਆ ਪਿਛਲੇ ਦਿਨਾਂ ਦੇ ਵਿੱਚ ਉਹ ਲੋਕ ਸਭਾ ਦੀ ਚੋਣ ਤਾਂ ਹਾਰ ਗਏ ਆ ਪਰ ਕੈਬਨਿਟ ਮੰਤਰੀ ਉਹ ਅੱਜ ਵੀ ਆ ਹਾਲਾਂਕਿ ਉਹਨਾਂ ਦੇ ਮਹਿਕਮੇ ਕਾਫੀ ਘਟਾਤੇ ਆ ਇਹ ਵੀ ਆਪਾਂ ਨੂੰ ਪਤਾ ਇਹਨਾਂ ਨੇ ਕਿਹਾ ਸੀ ਕਹਿੰਦੇ ਜੀ ਅਗਸਤ ਰਹਿਣ ਦਿਓ ਅਸੀਂ ਦਸੰਬਰ ਤੱਕ ਖਤਮ ਕਰ ਦਾਂਗੇ ਵੈਸੇ ਦਸੰਬਰ ਨੂੰ ਕਿਹੜਾ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਗੁੱਡੇ ਰਹਿ ਗਏ ਉਹਦੇ ਵਿੱਚ ਵੀ ਕੋਈ ਵਕਤ ਨਹੀਂ ਹੈ ਆ ਕੇਵਲ ਤੇ ਕੇਵਲ ਅਸੀਂ ਅੱਜ 13 ਅਗਸਤ ਨੂੰ ਖੜੇ ਆ ਤੇ ਕੇਵਲ 2 ਦਿਨ ਰਹਿ ਗਿਆ ਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਵਾਅਦਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹ ਬਿਲਕੁਲ ਫੇਲ ਹੁੰਦਾ ਸਾਬਤ ਹੋ ਰਿਹਾ 3 ਸਾਲ ਲਗਭਗ ਇਸ ਸਰਕਾਰ ਨੂੰ ਹੋ ਗਿਆ ਤੇ 2.5 ਸਾਲਾਂ ਦਾ ਸਮਾਂ ਰਹਿ ਗਿਆ ਵੈਸੇ ਵੀ ਜਿਹੜੇ ਅਖੀਰਲਾ ਸਾਲ ਹੁੰਦਾ ਉਹ ਤਾਂ ਇਲੈਕਸ਼ਨ ਈਅਰ ਹੁੰਦਾ ਉਹਦੇ ਵਿੱਚ ਤਾਂ ਸਰਕਾਰਾਂ ਚੋਣਾਂ ਦੀਆਂ ਤਿਆਰੀਆਂ ਕਰਨ ਲੱਗ ਜਾਂਦੀਆਂ ਵੈਸੇ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਜਾਂ ਜਿਹਨੂੰ ਅਸੀਂ ਭਗਵੰਤ ਮਾਨ ਦੀ ਸਰਕਾਰ ਕਹਿੰਨੇ ਆ ਇਹ ਤਾਂ ਕਦੇ ਚੋਣਾਂ ਤੋਂ ਕਦੇ ਪਿੱਛੇ ਹਟੀ ਨਹੀਂ ਐ ਤਾਂ ਚੋਣਾਂ ਹੀ ਲੜਦੀ ਰਹੀ ਜਦੋਂ ਤੋਂ ਆਈ ਆ ਇਹਨਾਂ ਨੇ ਤਾਂ ਪੰਜਾਬ 'ਚ ਕਦੇ ਬੈਠ ਕੇ ਦੇਖਿਆ ਨਹੀਂ ਜਦੋਂ ਕਿਤੇ ਚੋਣ ਆ ਜਾਂਦੀ ਸੀ ਚਾਹੇ ਗੁਜਰਾਤ 'ਚ ਆ ਜਾਂਦੀ ਸੀ ਚਾਹੇ ਮੱਧ ਪ੍ਰਦੇਸ਼ ਚਾ ਜਾਂਦੇ ਸੀ ਚਾਹੇ ਹਰਿਆਣਾ ਦੇ ਵਿੱਚ ਚਾ ਜਾਂਦੇ ਜਿੱਥੇ ਜਿੱਥੇ ਵੀ ਚੋਣ ਸੀ ਇਹ ਭੱਜੇ ਜਾਂਦੇ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਔਰ ਲੈ ਕੇ ਕੀ ਆਉਂਦੇ ਸੀ ਆਂਡਾ 0 ਨੋਟਾ ਤੋਂ ਵੀ ਘਟ ਇਹਨਾਂ ਨੂੰ ਵੋਟਾਂ ਮਿਲਦੀਆਂ ਸੀ ਪਰ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਛੱਡ ਜਾਂਦੇ ਸੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਇਹਨਾਂ ਨੇ ਕਦੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਸੇ ਕਰਕੇ ਜਿਹੜਾ ਇਹਨਾਂ ਦਾ ਵਾਅਦਾ ਸੀ ਕਿ ਅਸੀਂ ਡਰੱਗਸ ਇਹ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗਾ ਉਹ ਸਾਰੇ ਇਹਨਾਂ ਦੇ ਦਾਅਵੇ ਖੋਖਲੇ ਸਾਬਤ ਹੋਏ ਬਲਕਿ ਵਾਅਦੇ ਇਹਨਾਂ ਦੇ ਸਾਰੇ ਫੇਲ ਹੋ ਗਏ ਅਰਵਿੰਦ ਕੇਜਰੀਵਾਲ ਉਹ ਤਾਂ ਖੈਰ ਜੇਲ੍ਹ 'ਚ ਬੈਠੇ ਉਹ ਤਾਂ ਆਪਣੀ ਇੱਕ ਲੜਾਈ ਲੜ ਰਹੇ ਆ ਇਧਰੋਂ ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪੰਜਾਬ ਤੇ ਵੱਲ ਧਿਆਨ ਦੇ ਲੈਂਦੇ ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਕਈ ਹੋਰ ਮੁਸ਼ਕਲਾਂ ਵਧਣ ਵਾਲੀਆਂ ਨੇ ਵੈਸੇ ਗੱਲ ਅਰਵਿੰਦ ਕੇਜਰੀਵਾਲ ਦੀ ਵੀ ਕਰ ਲੈਨੇ ਆ ਅਰਵਿੰਦ ਕੇਜਰੀਵਾਲ ਨੇ ਸਪਰੀਮ ਕੋਰਟ ਦੇ ਵਿੱਚ ਅਰਜੀ ਲਾਤੀ ਹੈ ਆਪਣੀ ਜ਼ਮਾਨਤ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਜਿਹੜਾ ਕੇਸ ਦਰਜ ਕੀਤਾ ਸੀ ਲਿਕਰ ਘਟਾਲੇ ਦਾ ਸ਼ਰਾਬ ਘਟਾਲੇ ਦਾ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਜਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਵੀਨਰ ਨੂੰ ਤਾਂ ਜ਼ਮਾਨਤ ਮਿਲ ਗਈ ਆ ਪਰ ਇੱਕ CBI ਨੇ ਵੀ ਉਹਨਾਂ ਦਿਨਾਂ ਦੇ ਵਿੱਚ ਕੇਸ ਦਰਜ ਕਰਤਾ ਸੀ ਉਸ ਕੇਸ ਦੇ ਵਿੱਚ ਹਜੇ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਹਜੇ ਉਹ ਜੇਲ੍ਹ ਦੇ ਵਿੱਚ ਹੈ ਜਿੰਨੀ ਦੇਰ ਤੱਕ ਜ਼ਮਾਨਤ ਨਹੀਂ ਮਿਲਦੀ ਇਸੇ ਕਰਕੇ ਅਰਜ਼ੀ ਲਈ ਆ ਵੈਸੇ ਜੇ ਇਸ ਕੇਸ ਨੂੰ ਵੀ ਦੇਖਿਆ ਜਾਵੇ ਤਾਂ ਅਰਵਿੰਦ ਕੇਜਰੀਵਾਲ ਤਾਂ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਹੁੰਦੀ ਆ ਅਸੀਂ ਫੇਰ ਦੁਬਾਰਾ ਉਸ ਗਲਤੀ ਹੋਣਿਆ ਉਸ ਸਵਾਲ ਤੇ ਹੋਣਿਆ ਕਿ ਅਸੀਂ ਵਾਕਿਆ ਅਜ਼ਾਦ ਆ ਇੱਥੇ ਚੁਣੀਆਂ ਹੋਈਆਂ ਸਰਕਾਰਾਂ ਦੇ ਮੁੱਖ ਮੰਤਰੀ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਤਾਨਾਸ਼ਾ ਛੁੱਟ ਦਿੰਦੇ ਨੇ ਇਹ ਉਹਦੀ ਇੱਕ ਉਦਾਹਰਨ ਆ ਔਰ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਭਾਰਤੀ ਇਸ ਗੱਲ ਤੇ ਫਖਰ ਕਰੂਗਾ ਕਿ ਜਦੋਂ ਸਾਡੇ ਚੁਣੇ ਹੋਏ ਨੁਮਾਇੰਦੇ ਜਾਂ ਚੁਣੇ ਹੋਏ ਮੰਤਰੀ ਉਪ ਮੁੱਖ ਮੰਤਰੀ ਮੁੱਖ ਮੰਤਰੀ ਉਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਫੜ ਕੇ ਜੇਲ੍ਹ ਚ ਸੁੱਟ ਦਿੰਨੇ ਹੋ ਤੇ ਇਹ ਕੋਈ ਭਾਰਤ ਲਈ ਵਧੀਆ ਸੰਦੇਸ਼ ਨਹੀਂ ਹੈ ਜਾਂ ਭਾਰਤ ਦਾ ਜਿਹੜਾ ਇਮੇਜ ਆ ਜਾਂ ਭਾਰਤ ਦਾ ਇੱਕ ਜਿਹੜਾ ਅਕਸ ਆ ਉਹ ਬਾਹਰੀ ਦੁਨੀਆ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਕੋਈ ਵਧੀਆ ਨਹੀਂ ਜਾਂਦਾ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ 17 ਮਹੀਨੇ ਮਨੀਸ਼ ਸੋਦੀਆ ਜੇਲ੍ਹ ਦੇ ਵਿੱਚ ਰਹਿ ਕੇ ਆਏ ਐ ਐਸੇ ਲਿਕਰ ਜਾਂ ਸ਼ਰਾਬ ਘਟਾਲੇ ਦੇ ਵਿੱਚ ਤੇ ਅਖੀਰ ਤੇ ਨਿਕਲਿਆ ਕੀ ਜਿਵੇਂ ਕਹਿੰਦੇ ਹੁੰਦੇ ਆ ਠੰਠਨ ਗੋਪਾਲ ਇੱਕ ਵੀ ਚੀਜ਼ ਇੱਕ ਵੀ ਚੀਜ਼ ਜਿਹੜੀ ਈਡੀ ਆ ਉਹਨਾਂ ਦੇ ਖਿਲਾਫ ਸਾਬਿਤ ਨਹੀਂ ਕਰ ਪਾਈ ਰਹੀ ਤੁਸੀਂ ਜਿਹੜੇ ਇਲਜ਼ਾਮ ਲਾਇਆ ਕਿ 100 ਕਰੋੜ ਦਾ ਇਹ ਲਿਕਰ ਸਕੈਮ ਆ ਤੇ ਇਹਨਾਂ ਨੇ ਪੈਸਾ ਖਰਚ ਲਿਆ ਆਪਣੀ ਇਲੈਕਸ਼ਨਸ ਤੇ ਚੋਣਾਂ ਤੇ ਤੇ ਕੀ ਉਹਦਾ ਕੋਈ ਸਬੂਤ ਤੁਸੀਂ ਕੋਈ ਦੇ ਸਕਿਓ ਯਾਨੀ ਕਿ ਈਡੀ ਦੇ ਸਕੀ ਆ ਸੋ ਕੇਵਲ ਤੇ ਕੇਵਲ ਇਹ ਗੱਲਾਂ ਕਰੀ ਜੇ ਨੀਏ ਤੇ ਜਿਹੜੇ 17 ਮਹੀਨੇ ਮਨੀਸ਼ ਸਸੋਧਿਆ ਨੂੰ ਜੇਲ੍ਹ ਦੇ ਵਿੱਚ ਰੱਖਿਆ ਉਹ ਜੇਲ੍ਹ ਦੇ ਵਿੱਚ ਰੱਖੇ ਹੋਏ ਸਮੇਂ ਨੂੰ ਉਸ ਸਮੇਂ ਨੂੰ ਉਸ ਵਿਅਕਤੀ ਨੂੰ ਕੌਣ ਮੋੜੂਗਾ ਇਹਦਾ ਮਤਲਬ ਇਹ ਤਾਨਾਸ਼ਾਈ ਵਾਲਾ ਰਵਈਆ ਜਿਹੜਾ ਉਹ ਅੱਜ ਸਾਡੇ 77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਚੱਲ ਰਿਹਾ ਔਰ ਕੱਲੇ ਮਨੀਸ਼ ਸਸੋਧਿਆ ਦੀ ਐਗਜ਼ਾਮਪਲ ਨਹੀਂ ਹੈ ਸੰਜੇ ਸਿੰਘ ਦੇਖ ਲਓ ਸੰਜੇ ਸਿੰਘ ਨੂੰ 6 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਐਮਪੀ ਨੇ ਉਹ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ ਤੇ ਬਾਅਦ ਦੇ ਵਿੱਚ ਨਿਕਲਿਆ ਕਿ ਕੁਛ ਨਹੀਂ ਜ਼ੀਰੋ ਕੋਈ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਸਾਬਤ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਦੋਸ਼ ਇਹਨਾਂ ਤੋਂ ਕੋਈ ਐਵੀਡੈਂਸ ਨਹੀਂ ਹੈ ਦੋਸ਼ ਸਾਬਤ ਨਹੀਂ ਹੋਇਆ ਤੇ ਆਖਰਕਾਰ ਉਹਨਾਂ ਨੂੰ ਵੀ ਜ਼ਮਾਨਤ ਦੇਣੀ ਪਈ ਹੇਮੰਤ ਸੁਰੇਨ ਉਹ ਵੀ ਵਿਰੋਧੀ ਧਿਰ ਦੇ ਮੁੱਖ ਮੰਤਰੀ ਨੇ ਝਾਰਖੰਡ ਤੋਂ ਉਹਨਾਂ ਨੂੰ ਵੀ ਫੜ ਲਿਆ ਗਿਆ ਸੀ ਤੇ ਅਖੀਰ ਦੇ ਬਾਅਦ ਸੁਪਰੀਮ ਕੋਰਟ ਨੇ ਉਹਦੇ ਵਿੱਚ ਕੀ ਗੱਲ ਕਹੀ ਕਹਿੰਦੇ ਕੁਝ ਹੈ ਹੀ ਨਹੀਂ ਕੇਸ ਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਧਾਮ ਹੀ ਨਹੀਂ ਹੈ ਤੇ ਅਸੀਂ ਹੋਰ ਕੀ ਕਰੀਏ ਜੇ ਜ਼ਮਾਨਤ ਨਾ ਦੇਈਏ ਤਾਂ ਇਹ ਹਾਲਾਤ ਬਣ ਗਏ ਨੇ ਤੇ ਇਹਨਾਂ ਨੂੰ ਆਧਾਰ ਬਣਾ ਕੇ ਹੁਣ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਅਰਜ਼ੀ ਲਾਤੀ ਆ ਔਰ ਸਾਰੇ ਦਾ ਸਾਰਾ ਜਿਹੜਾ ਉਹਨਾਂ ਨੇ ਆਧਾਰ ਬਣਾਇਆ ਆਪਣੇ ਕੇਸ ਦਾ ਆਪਣੀ ਅਰਜ਼ੀ ਦਾ ਉਹ ਸਾਰੇ ਦਾ ਸਾਰਾ ਮਨੀਸ਼ ਸਸੋਧਿਆ ਨੂੰ ਰੱਖ ਕੇ ਬਣਾਇਆ ਕਿ ਉਹਨਾਂ ਦੇ ਖਿਲਾਫ ਵੀ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਨਿਕਲਿਆ ਤੇ ਮੇਰੇ ਨਾਲ ਤਾਂ ਇਸ ਦਾ ਕੋਈ ਸਬੰਧ ਹੀ ਨਹੀਂ ਹੈ ਇਹ ਹਾਲਾਤ ਆ ਔਰ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਤਰ੍ਹਾਂ ਦੀ ਤਾਨਾਸ਼ਾਈ ਤੇ ਤੁਸੀਂ ਦੂਸਰੇ ਮੁਲਕਾਂ ਦੇ ਤਾਨਾਸ਼ਾਹ ਨੂੰ ਇੱਥੇ ਲਿਆ ਕੇ ਬਸਾਉਣੇ ਮੈਂ ਸ਼ੇਖ ਅਸਿਨਾਂ ਦੀ ਗੱਲ ਕਰ ਰਿਹਾ ਕਹਿੰਦੇ ਆਪਣੇ ਬਾਰੇ ਵੀ ਸੋਚਿਆ ਕਰੋ ਕਿ ਇਸ ਤਰ੍ਹਾਂ ਦਾ ਵਿਦਰੋਹ ਤਾਂ ਕਦੇ ਇੱਥੇ ਵੀ ਹੋ ਸਕਦਾ ਜੇ ਤੁਸੀਂ ਲੋਕਾਂ ਦੇ ਨਾਲ ਜਾਂ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਇਸੇ ਤਰ੍ਹਾਂ ਧੱਕਾ ਕਰਦੇ ਰਹੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਸੁਪਰੀਮ ਕੋਰਟ ਕਦੋਂ ਇਸ ਕੇਸ ਦੀ ਸੁਣਵਾਈ ਕਰਦਾ ਤੇ ਫਿਰ ਇਸ ਉੱਤੇ ਕੀ ਫੈਸਲਾ ਲੈਂਦਾ ਪਰ ਇਹ ਵੀ ਭਾਰਤ ਸਰਕਾਰ ਲਈ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਕੋਈ ਘੱਟ ਸ਼ਰਮਨਾਕ ਗੱਲ ਨਹੀਂ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਚੁਣੇ ਹੋਏ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਲੇਕਿਨ ਉਹਨਾਂ ਦੇ ਖਿਲਾਫ ਇੱਕ ਵੀ ਸਬੂਤ ਜਟਾਉਣ ਦੇ ਵਿੱਚ ਕੋਈ ਵੀ ਕੇਂਦਰ ਦੀ ਜਿਹੜੀ ਜਾਂਚ ਏਜੰਸੀ ਆ ਉਹ ਕਾਮਯਾਬ ਨਹੀਂ ਹੁੰਦੀ ਵੈਸੇ ਗੱਲ ਜਦੋਂ ਤਾਨਾਸ਼ਾਹੀ ਕਰਦੇ ਆ ਤੇ ਫਿਰ ਗੱਲ ਰਾਹੁਲ ਗਾਂਧੀ ਦੀ ਵੀ ਕਰ ਲੈਣੇ ਆ ਰਾਹੁਲ ਗਾਂਧੀ ਨੇ ਸੇਬੀ ਦੀ ਚੇਅਰਪਰਸਨ ਜਿਹਨੂੰ ਅਸੀਂ ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਕਹਿ ਦਿੰਦੇ ਆ ਇਹ ਸੇਬੀ ਉਹ ਅਧਿਤੀ ਸਾਡੀ ਸ਼ੇਅਰ ਮਾਰਕੀਟ ਨੂੰ ਸ਼ੇਅਰ ਬਾਜ਼ਾਰ ਨੂੰ ਪੂਰਾ ਕੰਟਰੋਲ ਕਰਦੀ ਹੈ ਰੈਗੂਲੇਟ ਕਰਦੀ ਹੈ ਰੈਗੂਲੇਟ ਕਰਕੇ ਦੇਖਦੀ ਹੈ ਕਿ ਕੀ ਇੱਥੇ ਜਿਹੜੇ ਪ੍ਰੋਪਰ ਨਿਯਮਾਂ ਦੇ ਨਾਲ ਇਹ ਸਾਰੀ ਸਾਡਾ ਸ਼ੇਅਰ ਮਾਰਕੀਟ ਚੱਲ ਰਹੀ ਆ ਹੁਣ ਮੈਂ ਤੁਹਾਨੂੰ ਬੀਤੇ ਕੱਲ ਵੀ ਗੱਲ ਦੱਸੀ ਸੀ ਕਿ ਕਿਸ ਤਰ੍ਹਾਂ ਇਸ ਮਾਧਵੀ ਪੁਰੀ 부ਚ ਜਾਂ ਇਹਦਾ ਜਿਹੜਾ ਹਸਬੰਡ ਆ ਇਹਦਾ ਪਤੀ ਆ ਦਵਾਲ 부ਚ ਇਹ ਦੋਨੇ ਗੁਜਰਾਤ ਤੋਂ ਆਉਂਦੇ ਨੇ ਨਰਿੰਦਰ ਮੋਦੀ ਦੇ ਬੜੇ ਖਾਸਮ ਖਾਸ ਨੇ ਚੇਅਰਪਰਸਨ ਵੀ ਸੰ 2022 ਦੇ ਵਿੱਚ ਬਣਾਇਆ ਗਿਆ ਸੀ ਗੋਤਮ ਅਡਾਨੀ ਦੀਆਂ ਕੰਪਨੀਆਂ ਦੇ ਵਿੱਚ ਨਾ ਕੇਵਲ ਐਡਵਾਈਜ਼ਰ ਨੇ ਨਾ ਕੇਵਲ ਡਾਇਰੈਕਟਰ ਨੇ ਉਹਨਾਂ ਦੇ ਨਾਲ ਇਹਨਾਂ ਦਾ ਨਿਵੇਸ਼ ਤੇ ਇਨਵੈਸਟਮੈਂਟ ਵੀ ਨਿਕਲ ਆਇਆ ਤੇ ਇਸੇ ਕਰਕੇ ਰਾਹੁਲ ਗਾਂਧੀ ਹੁਣ ਇਸ ਮਾਧਵੀ ਪੂਰੀ ਬੁਚ ਦਾ ਅਸਤੀਫਾ ਮੰਗਦੇ ਆ ਕਿ ਘੱਟੋ-ਘੱਟ ਇਹ ਅਸਤੀਫਾ ਦੇਊਗੀ ਤੇ ਤਾਂ ਜਾ ਕੇ ਸਹੀ ਜਾਂਚ ਹੋਊਗੀ ਪਰ ਕੀ ਇਹ ਗੱਲ ਮੰਨੀ ਜਾਊਗੀ ਹੁਣ ਤੁਸੀਂ ਦੇਖੋ ਸਾਰੀ ਦੀ ਸਾਰੀ ਭਾਰਤੀ ਜਨਤਾ ਪਾਰਟੀ ਐਸ ਟਾਈਮ ਪੂਰੀ ਭੜਕੀ ਪਈ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਰੀਏ ਕੀ ਬਲਕਿ ਰਾਹੁਲ ਗਾਂਧੀ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਜੀ ਸ਼ਾਇਦ ਇਹੀ ਉਹਨਾਂ ਨਾਲ ਮਿਲੇ ਹੋਣ ਤੁਹਾਡੀ ਜੇ ਸ਼ੇਅਰ ਮਾਰਕੀਟ ਬੈਠਦੀ ਆ ਤੁਹਾਡੀਆਂ ਇਨਵੈਸਟਮੈਂਟਸ ਨਹੀਂ ਆ ਰਹੀਆਂ ਜੇ ਤੁਸੀਂ ਉਹਨੂੰ ਇਨਫਲੇਟ ਕਰਕੇ ਜਾਂ ਵਧਾ ਚੜਾ ਕੇ ਦੱਸ ਰਹੇ ਹੋ ਤਾਂ ਤੁਹਾਡਾ ਟ੍ਰੇਡ ਵੀ ਕਿਤੇ ਨਾ ਕਿਤੇ ਡਿੱਗ ਰਿਹਾ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਖੈਰ ਕਿਸੇ ਦਿਨ ਇਸ ਮੁੱਦੇ ਤੇ ਵੀ ਚੰਗੀ ਤਰ੍ਹਾਂ ਵਿਸਤਾਰ ਦੇ ਨਾਲ ਗੱਲ ਕਰਾਂਗੇ ਤੁਸੀਂ ਦੇਖ ਰਹੇ ਸੀ ਕਨੈਕ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ